ਲੁਧਿਆਣਾ ਜ਼ਿਲ੍ਹੇ 'ਚ ਨਹੀਂ ਰੁਕ ਰਿਹਾ ਡੇਂਗੂ ਦਾ ਕਹਿਰ 70 ਨਵੇਂ ਮਰੀਜ਼ਾਂ ਦੀ ਪੁਸ਼ਟੀ ਨਿਊਜ਼ੀਲੈਂਡ 'ਚ ਪਹਿਲੀ ਵਾਰ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਪੁਰਸ਼ ਸੰਸਦ ਮੈਂਬਰਾਂ ਤੋਂ ਹੋਈ ਵੱਧ ਦੀਵਾਲੀ ਦੀ ਰਾਤ ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ ਫਾਹਾ ਲੈ ਕੀਤੀ ਖੁਦਕੁਸ਼ੀ 2 ਸਾਲ ਪਹਿਲਾਂ ਹੋਇਆ ਸੀ ਵਿਆਹ ਹੁਣ ਚਾਰੂ ਦੇਵੇਗੀ ਸਸਮਿਤਾ ਸੈਨ ਦੇ ਭਰਾ ਰਾਜੀਵ ਨੂੰ ਤਲਾਕ ਕਿਹਾ ਮੇਰੇ ਨਾਲ ਕਰਦੇ ਬਦਸਲੂਕੀ ਅਤੇ ਚੁੱਕਦੇ ਨੇ ਹੱਥ ਗੁਜਰਾਤ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਪੀਐਮ ਨੂੰ ਅਪੀਲ ਨੋਟਾਂ ਤੇ ਲੱਗੇ ਮਾਂ ਲਕਸ਼ਮੀ ਅਤੇ ਗਣੇਸ਼ ਜੀ ਦੀ ਤਸਵੀਰ ਅੱਜ ਹੋਵੇਗਾ ਰਵੀਨਾ ਵਾਜਪਾ ਅਤੇ ਗੁਰਬਖਸ਼ ਚਾਹਲ ਦਾ ਵਿਆਹ ਨਸ਼ੇ 'ਚ ਟੱਲੀ ਨੌਜਵਾਨਾਂ ਦੀ ਹਸਪਤਾਲ 'ਚ ਗੁੰਡਾਗਰਦੀ ਡਾਕਟਰ ਨੂੰ ਕੁੱਟਦਿਆਂ ਪਾੜੇ ਕੱਪੜੇ ਅਤੇ ਹੱਥ 'ਚ ਵੱਡੀ ਦੰਦੀ ਸੋਨੀਆ ਰਾਹੁਲ ਦੀ ਮੌਜੂਦਗੀ 'ਚ ਮੱਲਿਕਾਰਜੁਨ ਖੜਗੇ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਪ੍ਰੀਖਿਆ ਦੇ ਪੈਟਰਨ 'ਚ ਹੋਈ ਤਬਦੀਲੀ ਕਪਿਲ ਸ਼ਰਮਾ ਅਤੇ ਗਿੰਨੀ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ ਲੋਕਾਂ ਨੇ ਕੀਤੀ ਰੱਜ ਕੇ ਤਾਰੀਫ਼